ਸੋ ਹੈਲੋ एवरीवन ਵੈਲਕਮ ਟੂ ਦਾ ਟੈਟ ਬਜ਼ਰ ਐਜੂਕੇਸ਼ਨਲ ਪਲੈਟਫਾਰਮ ਮਾਈ ਨੇਮ ਇਜ਼ ਕਰਨ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪ ਨੇ ਇਸ ਓਪਨ ਪਲੈਟਫਾਰਮ ਤੇ ਸੋ ਆਪਨੀ ਜੋ ਸੀਰੀਜ਼ ਚੱਲ ਰਹੀ ਸੀ ਜਿਸ ਦਾ ਨਾਮ ਸੀ ਜੀ ਸੁਪਰ 15 ਸੋ ਉਸ ਦੇ ਤਹਿਤ ਆਪਾਂ ਮਿਲ ਰਹੇ ਹਾਂ ਜੀ ਆਪਣੇ ਸੈੱਟ ਨੰਬਰ 7 ਵਿੱਚ ਠੀਕ ਹੈ ਜੀ ਤਾਂ ਇਹ ਜੋ ਸੀਰੀਜ਼ ਹੈ ਐਂਟੀਟੀ ਐਂਡ ਐਡੀਟੀ ਪੇਪਰ ਸੈਕੰਡ ਲਈ અત્યਤ ਮਹੱਤਵਪੂਰਨ ਹੈ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਦੇ ਐਸਪੀਰੈਂਟਸ ਵੀ ਇਸ ਨੂੰ ਦੇਖ ਸਕਦੇ ਹਨ ਠੀਕ ਹੈ ਜੀ ਤਾਂ ਐਂਟੀਟੀ 8393 ਪਰਤੀ ਦਾ ਫੁੱਲ ਕੋਰਸ ਚੱਲ ਰਿਹਾ ਹੈ 10 ਦੇ 10 ਸਬਜੈਕਟਸ ਪ੍ਰੀ ਰਿਕਾਰਡਡ ਕਲਾਸਿਸ ਵੀਡੀਓ ਲੈਕਚਰਸ ਪੀਡੀਐਫ ਨੋਟਸ ਐਂਡ ਵਿਦ ਟੋਪਿਕ ਵਾਈਜ਼ ਐਮਸੀਕਿਊਸ ਠੀਕ ਹੈ ਐਂਡ 60 ਨੰਬਰਾਂ ਦੇ ਕੋਰਸ ਦੀ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਸੀਡੀਪੀ ਕਰਿਕੂਲਮ ਪੋਲਿਸੀਜ਼ ਐਂਡ ਪ੍ਰੋਗਰਾਮਸ ਤਾਂ ਤੁਸੀਂ ਟੈਟ ਬਜ਼ਰ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੈ ਜਿਸ ਦਾ ਲਿੰਕ ਜੋ ਕਿ ਡਿਸਕ੍ਰਿਪਸ਼ਨ ਦੇ ਵਿੱਚ ਹੈ ਤਾਂ ਉੱਥੇ ਤੁਸੀਂ ਫ੍ਰੀ ਡੈਮੋ ਲੈਕਚਰਸ ਦੇਖ ਸਕਦੇ ਹੋ तो पीएस टेट पेपर 1 ਦਾ ਕੋਰਸ ਵੀ ਲਾਂਚ ਹੋ ਚੁੱਕਿਆ ਹੈ ਵਿਦ 1 ਇਅਰ ਵੈਲਿਡਿਟੀ ਅਗਰ ਤੁਸੀਂ ਪੇਪਰ 2 ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਐਸਐਸਟੀ ਮੈਥ ਐਂਡ ਸਾਇੰਸ ਦਾ ਵੀ ਕੋਰਸ ਲੈ ਸਕਦੇ ਹੋ ਤਾਂ ਬਿਨਾ ਟਾਈਮ ਵੇਸਟ ਕੀਤੇ ਆਪਾਂ ਆਪਣੀ ਸਲਾਈਡ ਵੱਲ ਵਧਦੇ ਹਾਂ ਕਿਸ ਦੇਸ਼ ਨੇ ਹਾਲ ਕਿਸ ਦੇਸ਼ ਦੇ ਨਾਲ ਠੀਕ ਹੈ ਜੀ ਕਿਸ ਦੇਸ਼ ਦੇ ਨਾਲ ਭਾਰਤ ਦੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸੀਮਾ ਹੈ ਤਾਂ ਇੰਡੀਆਜ਼ ਲੌਂਗੇਸਟ ਇੰਟਰਨੈਸ਼ਨਲ ਬਾਉਂਡਰੀ ਪਾ ਪਿਛਲੇ ਸੈਟ ਵਿੱਚ ਆਪਾਂ ਗੱਲ ਕੀਤੀ ਸੀ ਕਿ ਲੋਂਗੇਸਟ ਕੋਸਟਲਾਈਨ ਇੰਡੀਆ ਦੀ ਠੀਕ ਹੈ ਤਾਂ ਉਹ ਗੁਜਰਾਤ ਦੇ ਨਾਲ ਸੀ ਪਰ ਇੱਥੇ ਆਪਾਂ ਇੰਟਰਨੈਸ਼ਨਲ ਬਾਉਂਡਰੀ ਦੱਸਣੀ ਹੈ ਤਾਂ ਉਹ ਹੈ ਇੰਡੀਆ ਦੀ ਬੰਗਲਾਦੇਸ਼ ਦੇ ਨਾਲ ਤਾਂ ਬੰਗਲਾਦੇਸ਼ ਦੇ ਨਾਲ ਇੰਡੀਆ ਦੀ 4096 ਕਿਲੋਮੀਟਰ ਲੰਬੀ ਸੀ ਸੀਮਾ ਲੱਗਦੀ ਹੈ ਠੀਕ ਹੈ ਜੀ 27 ਲੈਂਡ ਸੀਮਾ ਜੋ ਲੱਗਦੀ ਹੈ ਆਪਣੀ ਬੰਗਲਾਦੇਸ਼ ਦੇ ਨਾਲ 4096 ਕਿਲੋਮੀਟਰ ਤਾਂ ਸਭ ਤੋਂ ਲੰਬੀ ਲੱਗਦੀ ਹੈ ਬੰਗਲਾਦੇਸ਼ ਦੇ ਨਾਲ ਤਾਂ ਇੱਥੇ ਆਪਣੇ ਕੋਲ ਆਪਣਾ ਸੈਕੰਡ ਕੁਐਸਚਨ ਹੈ ਕਿ ਭਾਰਤ ਦੇ ਕਿਸ ਟਾਪੂ ਵਿੱਚ ਇੱਕ ਕਿਰਿਆਸ਼ੀਲ ਜਵਾਲਾਮੁਖੀ ਮਿਲਿਆ ਹੈ ਤਾਂ ਭਾਰਤ ਦਾ ਸਿਰਫ ਇੱਕੋ ਹੀ ਕਿਰਿਆਸ਼ੀਲ ਜਵਾਲਾਮੁਖੀ ਹੈ ਤਾਂ ਉਹ ਹੈ ਜੀ ਅੰਡਮਾਨ ਨਿਕੋਬਾਰ ਦੇਈ ਬੈਰਨ ਟਾਪੂ ਵਿੱਚ ਤਾਂ ਬੈਰਨ ਆਈਲੈਂਡ ਭਾਰਤ ਦੇ ਸਿਰਫ ਇੱਕੋ ਇੱਕ ਕਿਰਿਆਸ਼ੀਲ ਜਵਾਲਾਮੁਖੀ ਕਿੱਥੇ ਹਨ ਤਾਂ ਉਹ ਹੈ ਜੀ ਬੈਰਨ ਆਈਲੈਂਡ ਅੰਡਮਾਨ ਐਂਡ ਨਿਕੋਬਾਰ ਦੇ ਵਿੱਚ ਤਾਂ ਅੰਡਮਾਨ ਐਂਡ ਨਿਕੋਬਾਰ ਨੂੰ ਕੌਣ ਵੱਖ ਕਰਦਾ ਹੈ ਤਾਂ 8 ਡਿਗਰੀ ਚੈਨਲ ਅੰਡਮਾਨ ਅਤੇ ਨਿਕੋਬਾਰ ਨੂੰ ਵੱਖ ਕਰਦਾ ਹੈ ਤਾਂ ਆਪਾਂ ਆਪਣੇ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਕਿ ਕਿਸ ਪੁਰਾਤਤਵ ਸਥਾਨ ਤੋਂ ਵਿਸ਼ਾਲ ਇਸ਼ਨਾਨਘਰ ਮਿਲਿਆ ਹੈ ਤਾਂ ਗ੍ਰੇਟ ਬਾਥ ਹੈਜ ਬੀਨ ਫਾਊਂਡ ਤਾਂ ਗ੍ਰੇਟ ਬਾਥ ਕਿੱਥੇ ਮਿਲਿਆ ਹੈ ਜੀ ਵਿਸ਼ਾਲ ਇਸ਼ਨਾਨ ਘਰ ਮਿਲਿਆ ਹੈ ਉਹ ਮਿਲਿਆ ਸੀ ਜੀ ਆਪਨੂੰ ਮੋਹਨ ਜੋਦੜੋ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਹਾਂ ਮੋਹਿੰਜੋ ਦਾਰੋ ਤਾਂ ਮੋਹਿੰਜੋ ਦਾਰੋ ਵਿੱਚ ਮਿਲਿਆ ਹੈ ਜੀ ਆਪਾਂ ਨੂੰ ਵਿਸ਼ਾਲ ਇਸ਼ਨਾਨ ਘਰ ਤਾਂ ਸਿੰਪਲ ਕੁਐਸਚਨ ਹੈ ਇੱਥੇ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਕਿ ਨੈਸ਼ਨਲ ਇਨਕਮ ਆਫ ਇੰਡੀਆ ਇਜ਼ ਕੰਪਾਈਲਡ ਬਾਈ ਤਾਂ ਭਾਰਤ ਦੀ ਜੋ ਰਾਸ਼ਟਰੀ ਆਮਦਨ ਹੈ ਤਾਂ ਉਸ ਦੀ ਗਣਤਾ ਗੱਨਾ ਜੋ ਹੈ ਕਿਸ ਦਰਾਂ ਕਿਤੀ ਜਾਂਦੀ ਹੈ ਤਾਂ ਆਪਣਾ ਜੋ ਇੰਡੀ ਸੈਂਟਰਲ ਸਟੈਟਿਸਟਿਕਲ ਆਰਗੇਨਾਈਜੇਸ਼ਨ ਯਾਨੀ ਕਿ ਸੀਐਸਓ ਹੈ ਜੋ ਕਿ ਅੰਕੜਿਆਂ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਹੈ ਤਾਂ ਉਹ ਹੀ ਆਪਣੀ ਰਾਸ਼ਟਰੀ ਆਮਦਨ ਦੀ ਗੱਨਾ ਕਰਦਾ ਹੈ ਠੀਕ ਹੈ ਜੀ ਤਾਂ ਸੀਐਸਓ ਕਰਦਾ ਹੈ ਆਪਣੀ ਰਾਸ਼ਟਰੀ ਆਮਦਨ ਦੀ ਗੱਨਾ ਤਾਂ ਸੀਐਸਓ ਦੀ ਜੋ ਐਸਟੈਬਲਿਸ਼ਮੈਂਟ ਹੋਈ ਸੀ ਤਾਂ ਉਹ ਇਸ ਜੀ 2 ਮਈ 1951 ਨੂੰ ਇਸ ਦੀ ਸਥਾਪਨਾ ਹੋਈ ਸੀ ਤਾਂ ਰਾਸ਼ਟਰੀ ਆਮਦਨ ਨਾਲ ਇੱਕ ਸਿੰਪਲ ਕੁਐਸਚਨ ਹੈ ਕਿ ਸਭ ਤੋਂ ਪਹਿਲਾਂ ਰਾਸ਼ਟਰੀ ਆਮਦਨ ਦਾ ਅੰਦਾਜ਼ਾ ਕਿਸ ਨੇ ਲਗਾਇਆ ਸੀ ਤਾਂ ਉਹ ਸਨ ਆਪਣੇ ਦਾਦਾ ਪਾਈ ਨਰੋਜੀ ਦਾਦਾ ਪਾਈ ਨਰੋਜੀ ਠੀਕ ਹੈ ਜੀ ਤਾਂ ਤੁਸੀਂ ਸਿੰਪਲੀ ਇਹਨਾਂ ਬਾਰੇ ਯਾਦ ਰੱਖਣਾ ਹੈ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ ਗ੍ਰੈਂਡ 올ਡ ਮੈਨ ਆਫ ਇੰਡੀਆ ਗ੍ਰੈਂਡ 올ਡ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ ਜੀ ਦਾਦਾ ਪਾਈ ਨਰੋਜੀ ਨੂੰ ਤਾਂ ਇਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਹੈ ਕਿ ਉਹ ਅਪਾਇੰਟਸ ਚੀਫ ਇਲੈਕਸ਼ਨ ਕਮਿਸ਼ਨਰ ਦਾ ਮੁੱਖ ਚੋਣ ਅਧਿਕਾਰੀ ਦੀ ਨਿਯੁਕਤੀ ਇਹਨਾਂ ਚਾਰਾਂ ਵਿੱਚੋਂ ਕੌਣ ਕਰਦਾ ਹੈ ਸੰਸਦ ਕਰਦੀ ਹੈ ਜਾਂ ਭਾਰਤ ਦੇ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਕਰਦਾ ਹੈ ਜਾਂ ਲਾਅ ਮਿਨਿਸਟਰ ਕਰਦਾ ਹੈ ਤਾਂ ਭਾਰਤ ਦਾ ਜੋ ਇਲੈਕਸ਼ਨ ਕਮਿਸ਼ਨਰ ਹੈ ਤਾਂ ਉਸ ਨੂੰ ਨਿਯੁਕਤ ਕਰਦਾ ਹੈ ਭਾਰਤ ਦਾ ਰਾਸ਼ਟਰਪਤੀ ਕਿਸ ਆਰਟੀਕਲ ਦੇ ਤਹਿਤ ਆਰਟੀਕਲ 324 ਦੇ ਤਹਿਤ ਕਿਹਾ ਗਿਆ ਹੈ ਕਿ ਭਾਰਤ ਦਾ ਜੋ ਇਲੈਕਸ਼ਨ ਕਮਿਸ਼ਨਰ ਹੋਏਗਾ ਉਹ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਏਗਾ ਪ੍ਰੈਜ਼ੈਂਟ ਵਿੱਚ ਜੇ ਗੱਲ ਕਰੀਏ ਤਾਂ ਆਪਣੇ ਇਲੈਕਸ਼ਨ ਕਮਿਸ਼ਨਰ ਹਨ ਮਿਸਟਰ ਸੁਨੀਲ अरोड़ा ਤਾਂ ਸੁਨੀਲ अरोड़ा ਆਪਣੇ ਹਾਂਜੀ ਇਲੈਕਸ਼ਨ ਕਮਿਸ਼ਨਰ ਪ੍ਰੈਜ਼ੈਂਟ ਦੇ ਵਿੱਚ ਤਾਂ ਇੱਥੇ ਆਪਣੇ ਕੋਲ ਕੁਐਸਚਨ ਆਇਆ ਹੈ ਕਿ ਵਿਚ ਆਫ ਦਾ ਫੋਲੋਇੰਗ ਟਾਈਪਸ ਆਫ ਮੈਡੀਸਿਨ ਇਜ਼ ਯੂਜ਼ਡ ਫੋਰ ਇਨ ਡਾਈਜੈਸ਼ਨ ਯਾਨੀ ਕਿ ਅਪਾਚਨ ਜਾਂ ਬਦ ਹਜ਼ਮੀ ਵੀ ਕਹਿ ਸਕਦੇ ਹਾਂ ਬਦਹਜ਼ਮੀ ਜਾਂ ਜ਼ਿਆਦਾ ਖਾਣ ਨਾਲ ਜੋ ਬਦਹਜ਼ਮੀ ਹੁੰਦੀ ਹੈ ਓਵਰ EATING ਨਾਲ ਤਾਂ ਉਸ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ਤਾਂ ਐਂਟ ਐਸਿਡ ਵਰਤਿਆ ਜਾਂਦਾ ਹੈ ਜੀ ਬਦਹਜ਼ਮੀ ਨੂੰ ਦੂਰ ਕਰਨ ਲਈ ਕਿਉਂਕਿ ਆਪਣੇ ਪੇਟ ਵਿੱਚ ਐਸਿਡ ਹੈ ਅਤੇ ਆਪਾਂ ਜੇ ਐਂਟ ਐਸਿਡ ਲਵਾਂਗੇ ਤਾਂ ਐਸਿਡ ਦੇ ਉਹ ਉਬਾਲ ਨੂੰ ਕੱਟ ਕਰੇਗਾ ਠੀਕ ਹੈ ਜੀ ਤਾਂ ਆਪਣੇ ਪੇਟ ਨੂੰ ਰਾਹਤ ਮਿਲੇਗੀ ਬਦਹਜ਼ਮੀ ਤੋਂ ਸੋ ਨੈਕਸਟ ਆਪਣੇ ਕੋਲ ਕੁਐਸਚਨ ਹੈ ਕਿ ਪੀ ਐਚ ਰੇਂਜ ਆਫ आवर ਬੋਡੀ ਤਾਂ ਆਪਣੀ ਬੋਡੀ ਦੀ ਜੋ ਪੀ ਐਚ ਰੇਂਜ ਹੈ ਉਹ 7 ਤੋਂ 7.8 ਦੇ ਵਿੱਚ ਰਹਿੰਦੀ ਹੈ ਠੀਕ ਹੈ ਜੀ ਤਾਂ ਬਲੱਡ ਦੀ 7.4 ਆਪਾਂ ਮੰਨ ਸਕਦੇ ਹਾਂ ਅਤੇ ਆਪਣੀ ਬੋਡੀ ਦੀ 7 ਤੋਂ 7.8 ਦੇ ਵਿੱਚ ਰਹਿੰਦੀ ਹੈ ਪੀ ਐਚ ਯਾਨੀ ਕਿ ਪੋਟੈਂਸ਼ੀਅਲ ਆਫ ਹਾਈਡਰੋਜਨ ਠੀਕ ਹੈ ਜੀ ਤਾਂ ਆਪਣੇ ਕੋਲ ਨੈਕਸਟ ਕੁਐਸਚਨ ਹੈ ਕਿ ਆਪਾਂ ਇਹਨਾਂ ਵਿੱਚੋਂ ਦੱਸਣਾ ਹੈ ਕਿ ਕਿਹੜਾ ਸਮੀਕਰਨ ਸਹੀ ਹੈ तो कि समीकरण सही है तुम आप देख सकते हो वी स्केयर माइनस यूस्केयर इज इक्वल टू टू एस ए जो समीकरण है ये अपने को सब तो सही है तो इतने के बन रहा है इसनों इधर ले जावे तो भी नहीं बन रहा इतने वी थ्री आ गया तो आ ही बन रहा अपने को स्केयर माइनस यू स्केयर इज इक्वल टू टू एस ए सही समीकरण है सही एक समीकरण है इतने अपने कोल क्वेश्चन है कि डिस्टेंस ट्रैवल्ड बाय आर बॉडी कैन नैवर बी तो एक बॉडी द्वारा जो डिस्टेंस ट्रैवल की जाती है यद की नहीं हो सकती कद भी डिस्प्लेसमेंट तो कट नहीं हो सकती ठीक है जी जो डिस्टेंस है ये यपलेसमेंट तो ज़्यादा जरूर होएगी डिस्प्लेसमेंट देवल होएगी पर यह भी डिस्पलेसमेंट तो कट नहीं हो सकती क्योंकि अगर तीस ए तो बी तो जाना है ता तो तुम सिंपली जा सकते हो पर अगर तुम घूम के पहले इधर गए इधर गए इधर गए ठीक है तो यह सारी डिस्टेंस जो कवर करके तीन तो तो गए इसकों तुम कहो कि डिस्टेंस पर अगर तीधा तो सिंपली ये जाना यह रहेगी डिसप्लेसमेंट क्योंकि डिसप्लेसमेंट जो है ये छोटे तो छोटा रास्ता है जो तुम्हें ए तो बी तो तक जाना है छोटा रास्ता है और डिसप्लेसमेंट है तो डिस्प्लेसमेंट या तो ਜੋੜ ਆਪਣੀ ਡਿਸਟੈਂਸ ਹੈ ਇਹ ਡਿਸਪਲੇਸਮੈਂਟ ਤੋਂ ਹਮੇਸ਼ਾ ਜ਼ਿਆਦਾ ਹੋਏਗੀ ਇਹ ਤਾਂ ਗੱਲ ਠੀਕ ਹੈ ਪਰ ਇਹ ਕਦੇ ਵੀ ਇਸ ਤੋਂ ਘੱਟ ਨਹੀਂ ਹੋ ਸਕਦੀ ਠੀਕ ਹੈ ਤਾਂ ਇੱਥੇ ਆਪਣੇ ਕੋਲ ਕੁਐਸਚਨ ਹੈ ਕਿ ਥਿਊਰੀ ਜੋ ਹੈ ਆਪਣੇ ਕੋਲ ਇਵੋਲੂਸ਼ਨ ਆਫ ਸਪੀਸੀਜ਼ ਯਾਨੀ ਕਿ ਪ੍ਰਜਾਤੀ ਦੇ ਵਿਕਾਸ ਜੋ ਸਪੀਸੀਜ਼ ਹੈ ਆਪਣੀ ਉਹਨਾਂ ਦਾ ਵਿਕਾਸ ਦੀ ਜੋ ਥਿਊਰੀ ਹੈ ਦਿੱਤੀ ਹੈ ਜੀ ਆਪਾਂ ਨੂੰ ਡਾਰਵਿਨ ਨੇ ਡਾਰਵਿਨ ਨੇ ਥਿਊਰੀ ਦਿੱਤੀ ਹੈ ਜੀ ਇਵੋਲੂਸ਼ਨ ਆਫ ਸਪੀਸੀਜ਼ ਸਿੰਪਲੀ ਤੁਸੀਂ ਇਸ ਨੂੰ ਯਾਦ ਰੱਖਣਾ ਹੈ ਇਵੋਲੂਸ਼ਨ ਆਫ ਸਪੀਸੀਜ਼ ਥਿਊਰੀ ਦਿੰਦੀ ਹੈ ਜੀ ਥਿਊਰੀ ਨੈਚੁਰਲ ਸਿਲੈਕਸ਼ਨ ਬਾਏ ਨੈਚੁਰਲ ਸਿਲੈਕਸ਼ਨ ਇਹ ਥਿਊਰੀ ਦਿੰਦੀ ਹੈ ਜੀ ਡਾਰਵਿਨ ਆਪਨੇ ਕੋਲ ਕੁਐਸਚਨ ਹੈ ਕਿ ਜੀਵਾਂ ਦੀ ਆਧਾਰ ਭੂਤ ਇਕਾਈ ਯਾਨੀ ਕਿ ਬੇਸਿਕ ਯੂਨਿਟ ਆਫ ਲਿਵਿੰਗ ਥਿੰਗਸ ਦਾ ਉਹ ਹੈ ਜੀ ਆਪਨੇ ਕੋਲ ਸੈਲ ਦਾ ਸੈਲ ਹੈ ਜੀ ਬੇਸਿਕ ਯੂਨਿਟ ਆਫ ਲਿਵਿੰਗ ਥਿੰਗਸ सिंपली तो याद रखना है कि सैल जीवन की आधारभूत इकाई है यानी कि बेसिक यूनिट है लिविंग थिंगस की जड़ी है जी सैल इत अपने को फोक डांसिज न रिलेटिड क्वेश्चन है जो कि बहुत इंपोर्टेंट है आप देखते दे हाँ आपका क्वेश्चन पूछा गया है कि इन्होंने के सही नहीं है आप स्टार्ट करते हाँ ਨਟੰਕੀ ਹੈ ਜੀ ਆਪਨੇ ਉੱਤਰ ਪ੍ਰਦੇਸ਼ ਦੀ ਇਹ ਬਿਲਕੁਲ ਸਹੀ ਹੈ ਠੀਕ ਹੈ ਨਟੰਕੀ ਹੈ ਜੀ ਉੱਤਰ ਪ੍ਰਦੇਸ਼ ਦੀ ਡਾਂਡੀਆਂ ਵੀ ਤੁਸੀਂ ਤਾਰਕ ਮੈਂ ਤਾਂ ਕੁਲਟਾ ਚਸ਼ਮਾ ਦੇਖਿਆ ਹੋਣਾ ਹੈ ਤਾਂ ਉੱਥੇ ਡਾਂਡੀਆਂ ਹੈ ਜੀ ਗੁਜਰਾਤ ਦੇ ਵਿੱਚ ਠੀਕ ਹੈ ਪੰਗੜਾ ਤਾਂ ਸਭ ਜਾਣਦੇ ਹਨ ਪੰਜਾਬ ਦੇ ਵਿੱਚ ਪਰ ਬੀਹੂ ਦੀ ਗੱਲ ਕਰੀਏ ਤਾਂ ਬੀਹੂ ਹੈ ਜੀ ਅਸਾਮ ਦੇ ਵਿੱਚ ਮਟਾਪਾ ਨੂੰ ਇੱਥੇ ਕੀ ਦਿੱਤਾ ਹੋਇਆ ਹੈ ਆਂਧਰਾ ਪ੍ਰਦੇਸ਼ ਤਾਂ ਇਹ ਰੋਂਗ ਹੈ ਤੇ ਤੇ ਆਪਾਂ ਰੋਂਗ ਹੀ ਦੱਸਣਾ ਹੈ ਤਾਂ ਬੀਹੂ ਆਪਣਾ ਆਨਸਰ ਹੋ ਜਾਏਗਾ ਠੀਕ ਹੈ ਜੀ ਤੇ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਜੋ ਫੋਕ ਡਾਂਸ ਹੈ ਉਹ ਹੈ ਜੀ ਕੁਚੀਪੁੜੀ ਸਿੰਪਲੀ ਤੁਸੀਂ ਯਾਦ ਰੱਖ ਲੈਣਾ ਹੈ ਕੁਚੀਪੁੜੀ ਤਾਂ ਆਪਣਾ ਨੈਕਸਟ ਕੁਐਸਚਨ ਹੈ ਕਿ ਵਾਟ ਇਜ਼ ਦਾ ਕੈਪੀਟਲ ਆਫ ਮੇਘਾਲਿਆ ਤਾਂ ਮੇਘਾਲਿਆ ਵਸਤੇ ਤੁਸੀਂ ਇੱਥੇ ਜੀ ਨੂੰ ਪਕੜ ਲਓ ਅਤੇ ਇੱਥੇ ਵੀ ਤੁਸੀਂ ਜੀ ਨੂੰ ਪਕੜ ਲਓ ਮੇਘਾਲਿਆ ਦੀ ਕੈਪੀਟਲ ਹੈ ਜੀ ਸ਼ਿਲੋਂਗ ਠੀਕ ਹੈ ਜੀ ਸੋ ਮੇਘਾਲਿਆ ਦੀ ਕੈਪੀਟਲ ਹੈ ਆਪਣੇ ਕੋਲ ਸ਼ਿਲੋਂਗ ਆਪਣੇ ਕੋਲ yup. 14th ਕੁਐਸਚਨ ਹੈ ਕਿ ਛਪਾਰ ਦਾ ਮੇਲਾ ਕਿਸ ਦੀ ਸਮਾਧ ਤੇ ਲੱਗਦਾ ਹੈ ਤਾਂ ਲੁਧਿਆਣਾ ਵਿੱਚ ਲੱਗਦਾ ਹੈ ਜੀ ਇਹ ਮੇਲਾ ਤੇ ਕਿਸ ਦੀ ਸਮਾਧ ਤੇ ਲੱਗਦਾ ਹੈ ਗੁੱਗੇ ਪੀਰ ਦੀ ਸਮਾਧ ਤੇ ਲੱਗਦਾ ਹੈ ਛਪਾਰ ਦਾ ਮੇਲਾ ਸਿੰਪਲੀ ਤੁਸੀਂ ਯਾਦ ਰੱਖਣਾ ਹੈ ਕਿ ਗੁੱਗੇ ਪੀਰ ਦੀ ਸਮਾਧ ਤੇ ਲੱਗਦਾ ਹੈ ਛਪਾਰ ਦਾ ਮੇਲਾ ਤਾਂ ਸਿਟੀ ਆਫ ਪੰਗੜਾ ਦੇ ਨਾਂ ਨਾਲ ਕਿਹੜੇ ਸ਼ਹਿਰ ਨੂੰ ਜਾਣਿਆ ਜਾਂਦਾ ਹੈ ਤਾਂ ਸਿਟੀ ਆਫ ਪੰਗੜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੀ रांजेदी सिटी जंग ਨੂੰ ਚੰਗ ਨੂੰ ਜਾਣਿਆ ਜਾਂਦਾ ਹੈ ਜੀ ਸਿਟੀ ਆਫ ਭੰਗੜਾ ਦੇ ਨਾਮ ਨਾਲ ਤਾਂ ਐਂਟੀਟੀ 8393 ਪ੍ਰਤੀ ਲਈ 10 ਦੇ 10 ਸਬਜੈਕਟਸ ਦਾ ਫੁੱਲ ਕੋਰਸ ਚੱਲ ਰਿਹਾ ਹੈ ਪੀ ਰਿਕਾਰਡਡ ਲੈਕਚਰਸ ਵੀਡੀਓ ਲੈਕਚਰਸ ਪੀਡੀਐਫ ਨੋਟਸ ਵਿਦ ਟੌਪਿਕ ਵਾਈਜ਼ ਐਮਸੀਕਿਊਸ ਅਤੇ 60 ਨੰਬਰਾਂ ਦੀ ਤਿਆਰੀ ਲਈ ਵੀ ਤੁਸੀਂ ਸੈਪਰੇਟ ਕੋਰਸ ਲੈ ਸਕਦੇ ਹੋ ਜਿਸ ਦਾ ਜਿਸ ਵਿੱਚ ਸੀਡੀਪੀ ਕਰੀਕੂਲਮ ਪਾਲਿਸੀਜ਼ ਐਂਡ ਪ੍ਰੋਗਰਾਮਸ ਤਰਨੋ ਕਰਵਾਇਆ ਜਾ ਰਿਹਾ ਹੈ ਠੀਕ ਹੈ ਜੀ ਸੋ ਟੈਕ ਬਜ਼ਾਰ ਐਪਲੀਕੇਸ਼ਨ ਜਿਸ ਦਾ ਲਿੰਕ ਕੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਤਾਂ ਉੱਥੋਂ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਫ੍ਰੀ ਡੈਮੋ ਲੈਕਚਰਸ ਵੀ ਦੇਖ ਸਕਦੇ ਹੋ ਪੀਐਸਟੈਟ ਪੇਪਰ 1 ਦਾ ਕੋਰਸ ਵੀ ਲਾਂਚ ਹੋ ਚੁੱਕਿਆ ਹੈ ਵਿਦ 1 ਇਅਰ ਵੈਲਿਡਿਟੀ ਅਤੇ ਪੇਪਰ 2 ਦੀ ਤਿਆਰੀ ਲਈ ਤੁਸੀਂ ਐਸਐਸਟੀ ਮੈਥ ਐਂਡ ਸਾਇੰਸ ਦਾ ਵੀ ਸੈਪਰੇਟ ਕੋਰਸ ਲੈ ਸਕਦੇ ਹੋ ਜਿਸ ਦੀ ਬੋਥ ਹੀ ਨੋਮੀਨਲ ਜੀ 30 ਹੈ ਅਗਰ ਤੁਸੀਂ ਵਟਸਐਪ ਗਰੁੱਪਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲੀ ਆਪਦਾ ਨੇਮ ਲਿਖਣਾ ਹੈ ਐਂਡ ਦੈਨ ਆਫ ਦਾ ਕੋਰਸ ਐਂਡ ਦੈਨ ਆਫ ਦੀ ਸਿਟੀ ਲਿਖ ਕੇ ਤੁਸੀਂ ਸਿੰਪਲੀ ਆਪਣੇ ਨੰਬਰ 97150503 ਪੇਜ ਦੇਣਾ ਹੈ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਆਪਣੀ ਵੀਡੀਓ ਐਂਡ ਹੁੰਦੀ ਹੈ ਥੈਂਕ ਯੂ ਫॉर ਲਿਸਨਿੰਗ ਗੋਡ ਬlesਸ ਯੂ 올